ਸਾਡੇ ਮਨਾਂ ਦੇ 'ਚ ਪੀੜ ਅੱਜ ਵੀ ਤਾਜ਼ੀ ਆ ਔਰ ਇਹ ਹਮੇਸ਼ਾ ਤਾਜ਼ੀ ਹੀ ਰਹੇਗੀ। ਨਾਲ ਭਾਈ ਹਰਦੀਪ ਸਿੰਘ ਨਿੱਜਰ ਦਾ ਭੋਗ ਪਾਇਆ ਗਿਆ ਸੀ ਅਤੇ ਸੰਗਤੀ ਰੂਪ ਦੇ ਵਿੱਚ ਸਟੇਜ ਦੇ ਉੱਤੋਂ ਇਹ ਗੱਲ ਆਈ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੌਮੀ ਸ਼ਹੀਦ ਐਲਾਨਿਆ ਜਾਵੇ ਔਰ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ 'ਚ ਲਾਈ ਜਾਵੇ। ਜਿਨ੍ਹਾਂ ਨੂੰ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਪਿਛਲੇ ਸਾਲ 18 ਜੂਨ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ 'ਚ ਲੱਗਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰੈਸ ਨੂੰ ਦਲ ਖਾਲਸਾ ਦਫ਼ਤਰ ਵਿੱਚ ਪਹੁੰਚਣ 'ਤੇ ਜੀ ਆਇਆਂ ਆਖਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ। ਕੱਲ੍ਹ 1 ਜੂਨ ਆ, ਕੱਲ੍ਹ ਤੋਂ ਸਿੱਖ ਕੌਮ ਦੇ ਲਈ ਖਾਸ ਤੌਰ ਦੇ ਉੱਤੇ ਔਰ ਸਾਰੇ ਹੀ ਸਿੱਖ ਜਗਤ ਦੇ ਲਈ ਇੱਕ ਅਹਿਮ ਹਫ਼ਤਾ ਸ਼ੁਰੂ ਹੋਣ ਵਾਲਾ ਹੈ ਜਿਹਨੂੰ ਅਸੀਂ ਘੱਲੂਘਾਰੇ ਦੇ ਨਾਂ ਦੇ ਨਾਲ ਜਾਣਦੇ ਹਾਂ। ਜੂਨ 1984 ਦੇ ਵਿੱਚ 1 ਤੋਂ ਲੈ ਕੇ 6 ਜੂਨ ਤੱਕ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸਮੂਹ ਦੇ ਉੱਤੇ ਹਮਲਾ ਕੀਤਾ ਗਿਆ। ਜਿਹੜੇ ਸਿੱਖ, ਜਿਹੜੇ ਐਕਟੀਵਿਸਟ ਪੰਜਾਬ ਦੇ ਹੱਕਾਂ ਦੇ ਲਈ, ਸਿੱਖਾਂ ਦੇ ਹੱਕਾਂ ਦੇ ਲਈ ਔਰ ਬਹੁਤਾਤ, ਫਿਰ ਮੈਂ ਸ਼ਬਦ ਵਰ ਰਿਹਾ, ਬਹੁਤਾਤ ਪੰਜਾਬ ਦੇ ਹੱਕਾਂ ਦੇ ਲਈ ਧਰਮ ਯੁੱਧ ਮੋਰਚਾ ਲਾ ਕੇ ਬੈਠੇ ਹੀ ਲੜ ਰਹੇ ਸੀ, ਸੰਘਰਸ਼ ਕਰ ਰਹੇ ਸੀ, ਉਹਨਾਂ ਨੂੰ ਸਰਕਾਰ ਨੇ ਆਪਣੀ ਫੌਜ ਦੀ ਤਾਕਤ ਵਰਤ ਕੇ ਇਲੀਮੀਨੇਟ ਕੀਤਾ। ਜਿੱਥੇ ਉਹਨਾਂ ਜੁਝਾਰੂਆਂ ਨੂੰ ਇਲੀਮੀਨੇਟ ਕੀਤਾ ਔਰ ਸਾਡੇ ਜੁਝਾਰੂਆਂ ਨੇ ਭਾਰਤੀ ਫੌਜ ਦਾ ਮੁਕਾਬਲਾ ਵੀ ਕੀਤਾ, ਉਹ ਇੱਕ ਜੰਗ ਹਿੰਦ ਪੰਜਾਬ ਦਾ ਜਿਹੜਾ ਸੀ ਉਹ ਲੜਿਆ ਗਿਆ। ਉਸ ਦੇ 'ਚ ਡੁੱਲੇ ਲਹੂ ਦਾ ਸਾਨੂੰ ਕੋਈ ਰੋਸ ਨਹੀਂ ਗਾ। ਜਿਹੜੇ ਸਾਡੇ ਯੋਧੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਦੇ ਸ਼ਹਾਦਤਾਂ ਪ੍ਰਾਪਤ ਕਰ ਗਏ, ਪਰ ਉਸੇ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵੀ ਵਾਪਰਿਆ ਜਿਨ੍ਹਾਂ ਨੇ ਨਾ ਹਥਿਆਰ ਚੁੱਕੇ ਸੀ, ਨਾ ਉਹ ਧਰਮ ਯੁੱਧ ਮੋਰਚੇ ਦਾ ਹਿੱਸਾ ਸੀ, ਇੱਕ ਆਮ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇੱਥੋਂ ਤੱਕ ਕਿ ਇੰਨੀ ਜ਼ਿਆਦਾ ਨਫ਼ਰਤ ਮਨਾਂ ਦੇ ਵਿੱਚ ਫੋਰਸਿਸ ਨੇ ਪਾਲੀ ਹੋਈ ਸੀ, ਸਰਕਾਰਾਂ ਨੇ ਪਾਲੀ ਹੋਈ ਸੀ ਕਿ ਸਰੀਰ ਤਾਂ ਖਤਮ ਕੀਤੇ ਹੀ ਕੀਤੇ, ਜਿਹੜੇ ਸ਼ਰਧਾਲੂ ਉੱਥੇ ਆਏ ਸੀ ਉਹ ਤਾਂ ਖਤਮ ਕੀਤੇ ਕੀਤੇ, ਉਹਦੇ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ, ਸਾਡਾ ਜਿਹੜਾ ਖਜ਼ਾਨਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਇਤਿਹਾਸਕ ਡਾਕੂਮੈਂਟਸ ਪਏ ਸੀ, ਉਹਨੂੰ ਵੀ ਜਾਣ ਬੁੱਝ ਕੇ ਸਾੜ ਕੇ ਸਵਾਹ ਕੀਤਾ ਅਤੇ ਬਹੁਤ ਸਾਰੇ ਡਾਕੂਮੈਂਟ ਉਸ ਅੱਗ ਦੀ ਆੜ ਹੇਠ ਇੱਥੋਂ ਲਿਜਾਏ ਵੀ ਗਏ। ਸੋ ਉਹ ਸਾਰਾ ਹਫ਼ਤਾ ਜਿਹੜਾ ਕੱਲ੍ਹ ਨੂੰ ਸ਼ੁਰੂ ਹੋਣ ਜਾ ਰਿਹਾ। ਦਲ ਖਾਲਸਾ ਹਰ ਸਾਲ 5 ਜੂਨ ਸ਼ਾਮ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਰਦੀ ਆ ਔਰ ਇਸ ਵਾਰ ਵੀ ਦਲ ਖਾਲਸਾ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ਾਮ 5 ਜੂਨ ਨੂੰ ਸ਼ਾਮ 5 ਵਜੇ ਆਰੰਭ ਕਰੇਗਾ, ਜਿਹੜਾ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਏਗਾ ਔਰ ਉੱਥੇ ਸ਼ਹੀਦਾਂ ਦੇ ਨਿਮਿੱਤ ਅਰਦਾਸ ਕੀਤੀ ਜਾਏਗੀ। ਉਸ ਦੇ ਨਾਲ ਹੀ 6 ਜੂਨ ਦਾ ਜਿਹੜਾ ਦਿਨ ਆ, ਜਿਹੜਾ ਕਿ ਇੱਕ ਪੀਕ ਵਾਲਾ ਦਿਨ ਸੀ ਇਸ ਜੰਗ ਦਾ, ਉਸ ਦਿਨ ਦੇ ਉੱਤੇ ਦਲ ਖਾਲਸਾ ਹਮੇਸ਼ਾ ਹੀ ਬੰਦ ਦਾ ਸੱਦਾ ਦਿੰਦਾ ਆਇਆ। ਇਸ ਵਾਰ ਵੀ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਲ ਖਾਲਸਾ ਵੱਲੋਂ ਦਿੱਤਾ ਜਾਂਦਾ ਹੈ। ਇਸ ਬੰਦ ਦੇ ਸੱਦੇ ਨੂੰ ਜਿੱਥੇ ਅੰਮ੍ਰਿਤਸਰ ਵਾਸੀ ਭਰਵਾਂ ਹੁੰਗਾਰਾ ਦਿੰਦੇ ਨੇ ਔਰ ਇਕੱਲੀ ਸਿੱਖ ਕੌਮ ਹੀ ਨਹੀਂ, ਅਸੀਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੀ ਦੂਸਰੀ ਕਮਿਊਨਿਟੀਜ਼ ਦੇ ਲੋਕਾਂ ਦਾ, ਚਾਹੇ ਉਹ ਹਿੰਦੂ ਭਰਾ ਹੋਣ ਚਾਹੇ ਮੁਸਲਮਾਨ ਭਰਾ ਹੋਣ, ਜਿੰਨੇ ਵੀ ਅੰਮ੍ਰਿਤਸਰ ਦੇ ਵਾਸੀ ਨੇ ਉਹ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਸਾਡਾ ਸਹਿਜ ਸਾਥ ਦਿੰਦੇ ਆਏ ਨੇ
ਔਰ ਸਿੱਖਾਂ ਦੀ ਸਪੀਡ ਦੇ ਵਿੱਚ ਸ਼ਾਮਿਲ ਹੁੰਦੇ ਆਏ ਨੇ। ਇਸ ਵਾਰ ਵੀ ਅਸੀਂ ਆਪਣੇ ਉਹਨਾਂ ਭਰਾਵਾਂ ਤੋਂ ਇਹੀ ਆਸ ਰੱਖਾਂਗੇ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਬੰਦ ਰੱਖ ਕੇ ਸਾਡੇ ਇਸ ਦਿਨ ਦੇ ਉੱਤੇ ਸਾਡੀ ਪੀੜ ਦੇ ਵਿੱਚ ਸ਼ਾਮਿਲ ਹੋਣ। ਔਰ ਜਿੱਥੇ ਮੈਂ ਸ਼ਬਦ ਵਰਤਿਆ ਕਿ ਜਿੱਥੇ ਅੰਮ੍ਰਿਤਸਰ ਵਾਸੀ ਸਾਡਾ ਪੂਰਾ ਸਹਿਯੋਗ ਦਿੰਦੇ ਆ ਰਹੇ ਨੇ, ਉੱਥੇ ਹੀ ਕੁਝ ਗਲਤ ਫਹਿਮੀਆਂ ਵੀ ਇਸ ਬੰਦ ਨੂੰ ਲੈ ਕੇ ਫੈਲਾਈਆਂ ਜਾਂਦੀਆਂ ਨੇ। ਕੁਝ ਉਹ ਨੇ ਜਿਹੜੀਆਂ ਸਰਕਾਰਾਂ ਵੱਲੋਂ ਪ੍ਰੋਪੇਗੇਟ ਕੀਤੀਆਂ ਜਾਂਦੀਆਂ ਨੇ, ਅਤੇ ਕੁਝ ਉਹ ਵੀ ਨੇ ਜਿਹੜੀਆਂ ਕੁਝ ਸਾਡੇ ਭਰਾਵਾਂ ਵੱਲੋਂ ਅਣਜਾਣਪੁਣੇ ਵਿੱਚ ਕਹਿ ਦਿੱਤੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਹੈ, ਔਰ ਉਹਦੇ ਉੱਤੇ ਆਪਣਾ ਸਟੈਂਡ ਜਿਹੜਾ ਆ ਉਹ ਵੀ ਕਲੀਅਰ ਕਰਨਾ ਹੈ। ਪਹਿਲੀ ਇਹ ਕਹੀ ਜਾਂਦੀ ਆ ਕਿ ਬੰਦ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਂਦਾ, ਬਿਲਕੁਲ ਸਰਾਸਰ ਝੂਠ ਹੈ। ਕਦੀ ਵੀ ਬੰਦ ਦੀ ਕੌਲ ਨੂੰ ਦਹਿਸ਼ਤ ਦੇ ਮਾਹੌਲ ਦੇ ਨਾਲ ਜੋੜਨਾ ਬੇਤੁਕਾ ਆ। ਅਸੀਂ ਕਿਸੇ ਦੇ ਨਾਲ ਵੀ ਜ਼ੋਰ ਜ਼ਬਰਦਸਤੀ ਨਹੀਂ ਕਰਦੇ। ਅਸੀਂ ਅੰਮ੍ਰਿਤਸਰ ਦੇ ਇਕੱਲੇ ਇਕੱਲੇ ਅਦਾਰੇ ਦੇ ਕੋਲ ਜਾ ਕੇ ਇਹ ਪੂਰਾ ਹਫ਼ਤਾ ਉਹਨਾਂ ਨੂੰ ਅਪੀਲ ਕਰਦੇ ਹਾਂ ਅਤੇ ਉਹ ਸਾਡਾ ਸਾਥ ਵੀ ਦਿੰਦੇ ਨੇ, ਪਰ ਇਹਨੂੰ ਦਹਿਸ਼ਤ ਦੇ ਨਾਲ ਜੋੜ ਕੇ ਬੇਤੁਕੀ ਬਿਆਨਬਾਜ਼ੀ ਕੀਤੀ ਜਾਂਦੀ ਹੈ। ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ, ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ, ਔਰ ਇਹਨੂੰ ਦਹਿਸ਼ਤ ਕਹਿਣਾ ਇਹ ਇੱਕਦਮ ਬੇਤੁਕਾ। ਦਹਿਸ਼ਤ ਸਗੋਂ ਉਹ ਆ ਜਦੋਂ ਇਸ ਹਫ਼ਤੇ ਦੇ ਵਿੱਚ ਮਿਲਟਰੀ ਆਪਣੇ ਹੱਥਾਂ ਦੇ ਵਿੱਚ ਅਸਾਲਟਾਂ ਲੈ ਕੇ ਅੰਮ੍ਰਿਤਸਰ ਦੇ ਚੌਂਕਾਂ ਦੇ ਵਿੱਚ ਆ ਖੜ੍ਹਦੀ ਹੈ। ਦਹਿਸ਼ਤ ਦਾ ਮਾਹੌਲ ਸਰਕਾਰ ਵੱਲੋਂ ਪੈਦਾ ਕੀਤਾ ਜਾਂਦਾ, ਨਾ ਕਿ ਸਾਡੇ ਵੱਲੋਂ। ਦੂਸਰੀ ਗਲਤਫਹਿਮੀ ਇਹ ਪਾਈ ਜਾਂਦੀ ਆ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਏਗਾ ਜੀ ਇਸ ਦਿਨ। ਇਹੋ ਜਿਹਾ ਕੁਝ ਨਹੀਂ ਆ, ਅਸੀਂ ਇੱਥੇ ਸਾਫ਼ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਰੋਕੀ ਜਾਏਗੀ। ਹਰ ਬੰਦੇ ਨੂੰ ਫਰੀਡਮ ਆ ਕਿ ਉਹ ਆਪਣੇ ਘਰ 'ਚੋਂ ਨਿਕਲੇ, ਜਿੱਥੇ ਜਾਣਾ ਚਾਹਵੇ ਉਹ ਜਾ ਸਕਦਾ ਹੈ, ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ, ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ। ਜਿਹੜੀਆਂ ਦੁਕਾਨਾਂ ਤੋਂ ਦਵਾਈਆਂ ਮਿਲਦੀਆਂ ਨੇ ਉਹ ਦੁਕਾਨਾਂ ਵੀ ਖੁੱਲ੍ਹੀਆਂ ਰਹਿਣਗੀਆਂ, ਹੋਸਪਿਟਲਸ ਖੁੱਲ੍ਹੇ ਰਹਿਣਗੇ, ਇਹ ਸਾਰੇ ਜਿਹੜੇ ਅਦਾਰੇ ਨੇ ਜਿਹੜੇ ਐਮਰਜੈਂਸੀ ਅਦਾਰੇ ਨੇ ਉਹ ਖੁੱਲ੍ਹੇ ਰਹਿਣਗੇ। ਅਸੀਂ ਬੰਦ ਦੀ ਕੌਲ ਕਾਰੋਬਾਰੀ ਅਦਾਰਿਆਂ ਨੂੰ ਦਿੰਦੇ, ਅਤੇ ਕਾਰੋਬਾਰੀ ਅਦਾਰੇ ਵੈਸੇ ਵੀ ਆਪੋ ਆਪਣੇ ਸ਼ਹਿਰ ਦੇ ਮੁਤਾਬਕ ਉਹਨਾਂ ਨੇ ਮਹੀਨੇ ਵਿੱਚ ਹਫ਼ਤੇ ਵਿੱਚ ਇੱਕ ਦਿਨ ਮਿੱਥਿਆ ਹੁੰਦਾ ਜਦੋਂ ਉਹ ਬੰਦ ਕਰਦੇ ਨੇ, ਅਤੇ ਇਹ ਕਹਿ ਦੇਣਾ ਕਿ ਇੱਕ ਦਿਨ ਬੰਦ ਕਰਨ ਦੇ ਨਾਲ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ, ਇਹ ਵੀ ਬੇਤੁਕੀ ਗੱਲ। ਜੇ ਇੱਕ ਦਿਨ ਬੰਦ ਕਰਨ ਦੇ ਨਾਲ ਇੰਨਾ ਹੀ ਵੱਡਾ ਨੁਕਸਾਨ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਫਿਰ ਕੋਈ ਵੀ ਕਾਰੋਬਾਰੀ ਅਦਾਰਾ ਆਪਣੇ ਰੂਟੀਨ ਦੇ ਵਿੱਚ ਦਿਨ ਨਾ ਜੋੜਦਾ ਜਿੱਦਣ ਉਹ ਬੰਦ ਰੱਖਦਾ ਹੈ ਆਪਣੀ ਦੁਕਾਨ। ਸੋ ਕਾਰੋਬਾਰੀ ਅਦਾਰੇ ਬੰਦ ਹੋਣੇ ਨੇ, ਸਕੂਲ ਕਾਲਜਸ ਬੰਦ ਹੋਣੇ ਨੇ, ਜਿਹੜੇ ਇਨਕਮ ਦੇ ਸਾਧਨ ਨੇ ਦੂਸਰੇ ਉਹ ਬੰਦ ਹੋਣੇ ਨੇ, ਬਟ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਨਹੀਂ ਹੋਣਗੀਆਂ, ਅਤੇ ਨਾ ਹੀ ਕਿਸੇ ਨੂੰ ਆਉਣ ਜਾਣ ਤੋਂ ਡੱਕਿਆ ਜਾਏਗਾ। ਸਗੋਂ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ 'ਚੋਂ ਨਿਕਲਣੇ ਇਸ ਬੰਦ ਦੇ ਦਿਨ ਦੇ ਉੱਤੇ, ਔਰ ਆਪਣੇ ਨੇੜੇ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੋਣ, ਔਰ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਨਿਮਿਤ ਮੈਂ ਤਕਰੀਬਨ 3 ਹਫ਼ਤੇ ਕੈਨੇਡਾ ਦੀ ਧਰਤੀ ਦੇ ਉੱਤੇ ਲਾ ਕੇ ਆਇਆ, ਔਰ ਪੂਰੇ ਸਿੱਖ ਜਗਤ ਦੇ ਵਿੱਚ ਇਸ ਵਾਰ ਦਾ ਜਿਹੜਾ 40ਵੀਂ ਵਰ੍ਹੇਗੰਢ ਆ ਰਹੀ ਹੈ ਘੱਲੂਘਾਰੇ ਯਾਦਗਾਰੀ ਘੱਲੂਘਾਰੇ ਦੀ, ਉਹਦੀ ਯਾਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਮਾਗਮ ਉਲੀਕੇ ਗਏ ਨੇ, ਚਾਹੇ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, UK ਹੋਵੇ, ਹੋਰ ਸਾਰੇ ਜਿੰਨੇ ਵੀ ਨੇ ਅਲੱਗ ਅਲੱਗ ਥਾਵਾਂ ਦੇ ਉੱਤੇ ਨਗਰ ਕੀਰਤਨ ਵੀ ਸਜਾਏ ਜਾਣੇ ਨੇ, ਦੀਵਾਨ ਵੀ ਲੱਗਣੇ ਨੇ, ਔਰ ਪੂਰੇ ਜਿਹੜੇ ਪ੍ਰੋਗਰਾਮ ਹੈ ਉਹ ਕੀਤੇ ਜਾਣੇ ਨੇ। ਸੋ ਮੈਂ ਸਿਰਫ ਇਹ ਕਹਿਣਾ ਚਾਹੁੰਦਾ, ਪੀੜ ਇਕੱਲੀ ਪੰਜਾਬ ਤੱਕ ਨਹੀਂ, ਜਿਵੇਂ ਮੈਂ ਪਹਿਲਾਂ ਗੱਲ ਕਹੀ ਕਿ ਪੂਰੇ ਸਿੱਖ ਜਗਤ ਵਾਸਤੇ ਇਹ ਦਿਨ ਸੈਂਸਿਟਿਵ ਨੇ, ਔਰ ਅਸੀਂ ਆਪਣੇ ਇਹ ਦਿਨ
ਹਮੇਸ਼ਾ ਯਾਦ ਰੱਖਾਂਗੇ। ਸਾਡੇ ਮਨਾਂ ਦੇ 'ਚ ਪੀੜ ਅੱਜ ਵੀ ਤਾਜ਼ੀ ਆ ਔਰ ਇਹ ਹਮੇਸ਼ਾ ਤਾਜ਼ੀ ਹੀ ਰਹੇਗੀ। ਸੋ ਉਹ ਚਾਹੇ ਸਿੱਖ ਇਸ ਪੰਜਾਬ ਦੀ ਧਰਤੀ 'ਤੇ ਹੋਵੇ ਅਤੇ ਚਾਹੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਹੋਵੇ, ਉਹ ਆਪਣੇ ਮਨਾਂ ਦੇ 'ਚ ਪੀੜ ਵਸਾ ਕੇ ਬੈਠਾ ਆ। ਔਰ ਪੂਰੇ ਜੂਨ ਮਹੀਨੇ ਦੇ ਵਿੱਚ, ਕਿਉਂਕਿ ਉੱਥੇ ਦਾ ਸ਼ਡਿਊਲ ਕੁਝ ਇਸ ਤਰੀਕੇ ਦਾ ਹੈ ਕਿ ਵਰਕਿੰਗ ਡੇਜ਼ ਦੇ 'ਚ ਕਈ ਵਾਰੀ ਪ੍ਰੋਗਰਾਮ ਕਰਨੇ ਉਹਨਾਂ ਲਈ ਔਖੇ ਹੋ ਜਾਂਦੇ ਆ, ਪਰ ਬਹੁਤ ਸਾਰੇ ਪ੍ਰੋਗਰਾਮਸ ਵਰਕਿੰਗ ਡੇਜ਼ ਵੀ ਹੋਣਗੇ, ਪਰ ਉਹਦੇ ਬਾਵਜੂਦ ਪੂਰਾ ਜੂਨ ਮਹੀਨੇ ਦੇ ਵਿੱਚ ਜਿਹੜੇ ਆ ਉਹ ਇਸ ਘੱਲੂਘਰ ਦੇ ਨਾਲ ਸੰਬੰਧਿਤ ਪ੍ਰੋਗਰਾਮ ਜਿਹੜੇ ਆ ਵਿਦੇਸ਼ਾਂ ਦੀ ਧਰਤੀਆਂ ਦੇ ਉੱਤੇ ਉਲੀਕੇ ਗਏ। ਜਦੋਂ ਮੈਂ ਕੈਨੇਡਾ ਗਿਆ ਸੀ ਅਤੇ ਉੱਥੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਮੁਖੀ ਸੀ, ਕਮੇਟੀ ਦੇ ਮੁੱਖ ਸੇਵਾਦਾਰ ਸੀ, ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਜਦੋਂ ਪਿਛਲੇ ਸਾਲ ਭਾਈ ਹਰਦੀਪ ਸਿੰਘ ਨਿੱਜਰ ਦਾ ਭੋਗ ਪਾਇਆ ਗਿਆ ਸੀ ਅਤੇ ਸੰਗਤੀ ਰੂਪ ਦੇ ਵਿੱਚ ਸਟੇਜ ਦੇ ਉੱਤੋਂ ਇਹ ਗੱਲ ਆਈ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੌਮੀ ਸ਼ਹੀਦ ਐਲਾਨਿਆ ਜਾਵੇ ਔਰ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ 'ਚ ਲਾਈ ਜਾਵੇ। ਔਰ ਇਹ ਗੱਲ ਉਹਨਾਂ ਦੇ ਭੋਗ ਤੋਂ ਚੱਲਦੀ ਹੋਈ ਸਾਰੇ ਡਾਇਸਪੋਰਾ ਦੇ ਵਿੱਚ ਪੂਰੀ ਸਰਬ ਪ੍ਰਵਾਨਿਤ ਹੋਈ ਔਰ ਉੱਥੇ ਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ, ਈਵਨ ਅਮੈਰੀਕਨ ਗੁਰਦੁਆਰਾ ਕਮੇਟੀਆਂ ਨੇ ਵੀ ਲਿਖਤੀ ਰੂਪ ਦੇ ਵਿੱਚ ਸਾਨੂੰ ਆਪਣੇ ਮੈਮੋਰੈਂਡਮ ਦਿੱਤੇ ਨੇ। ਔਰ ਸਟੂਡੈਂਟ ਐਸੋਸੀਏਸ਼ਨਸ ਜਿਹੜੀਆਂ ਯੂਨੀਵਰਸਿਟੀਜ਼ ਦੇ ਵਿੱਚ ਨੇ ਉੱਥੇ ਕੰਮ ਕਰਦੀਆਂ, ਉਹਨਾਂ ਵੀ ਆਪਣੇ ਮੈਮੋਰੈਂਡਮ ਦਿੱਤੇ ਨੇ। ਸੋ ਇਹ ਵਿਦੇਸ਼ਾਂ ਦੇ ਸਿੱਖਾਂ ਦੀ ਜਿਹੜੀ ਭਾਵਨਾਤਮਕ ਡਿਮਾਂਡ ਸੀ, ਦਲ ਖਾਲਸਾ ਉਹਦੇ ਨਾਲ ਪੂਰੀ ਤਰ੍ਹਾਂ ਐਗਰੀ ਕਰਦਾ ਹੈ। ਅਸੀਂ ਵੀ ਇਹ ਸਮਝਦੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਨੂੰ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਪਿਛਲੇ ਸਾਲ 18 ਜੂਨ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ 'ਚ ਲੱਗਣੀ ਚਾਹੀਦੀ ਆ। ਸੋ ਉਸ ਦੇ ਲਈ ਅਸੀਂ ਮੈਮੋਰੈਂਡਮ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਹੋਣਾਂ ਨੂੰ, ਜੋ ਕਿ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹਨਾਂ ਨੇ ਦਿੱਤਾ ਸੀ, ਉਹਨਾਂ ਨੇ ਹਾਂ ਪੱਕੀ ਹੁੰਗਾਰਾ ਵੀ ਭਰਿਆ ਆ। ਔਰ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਤਸਵੀਰ ਆ ਉਹ ਕੇਂਦਰੀ ਸਿੱਖ ਅਜਾਇਬ ਘਰ ਦੇ 'ਚ ਸੁਸ਼ੋਭਿਤ ਹੋਏਗੀ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਵੀ ਅਸੀਂ ਇਹ ਅਪੀਲ, ਹਾਲਾਂਕਿ ਮਿਲ ਕੇ ਵੀ ਕਰਾਂਗੇ ਪਰ ਤੁਹਾਡੇ ਰਾਹੀਂ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਉਹ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੌਮੀ ਸ਼ਹੀਦ ਅਕਾਲ ਤਖਤ ਸਾਹਿਬ ਤੋਂ ਐਲਾਨਣ ਸੱਦਾ ਦਿੱਤਾ ਜਾਂਦਾ ਹੈ। ਸੋ ਇਹਨੂੰ ਕਹਿਣਾ ਕਿ ਇਹਦੇ ਨਾਲ ਨੁਕਸਾਨ ਹੋਏਗਾ ਜਾਂ ਦਹਿਸ਼ਤ ਦਾ ਮਾਹੌਲ ਸਿਰਜਿਆ ਜਾਏਗਾ, ਇਹ ਬਿਲਕੁਲ ਹੀ ਬੇਤੁਕੀ ਗੱਲ ਹੈ। ਸੋ ਅਸੀਂ ਇੱਕ ਵਾਰ ਫਿਰ ਸਾਰੇ ਹੀ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਹਾਂ, ਉਹ 5 ਜੂਨ ਸ਼ਾਮ 5 ਵਜੇ ਘੱਲੂਘਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ, ਉੱਥੇ ਹੀ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਸਾਡੀ ਇਸ ਪੀੜ ਦਾ ਹਿੱਸਾ ਬਣਨ। ਅਸੀਂ ਇਹਨੂੰ ਕੋਈ ਆਮ ਛੁੱਟੀ ਦੇ ਨਾਲ ਨਹੀਂ ਜੋੜ ਸਕਦੇ, ਕਈ ਕਹਿ ਦਿੰਦੇ ਨੇ ਕਿ ਆਮ ਛੁੱਟੀ ਆ ਗਈ, ਪਰ ਇਹ ਛੁੱਟੀ ਨਹੀਂ ਗੀ। ਪਰ ਜਿਹੜੇ ਜੋੜਦੇ ਵੀ ਨੇ ਉਹਨਾਂ ਦੇ ਲਈ ਵੀ ਸਿਰਫ ਇਹ ਇੰਨੀ ਕੁ ਗੱਲ ਹੈ ਵੀ ਜਿਵੇਂ ਇੱਕ ਛੁੱਟੀ ਵਾਲੇ ਦਿਨ ਇੱਕ ਕੋਈ ਵੀ ਮੁਲਕ ਆ, ਤੁਸੀਂ ਵੇਖੋ ਮੈਂ ਉਦਾਹਰਣ ਦੇ ਤੌਰ 'ਤੇ ਦੱਸ ਰਿਹਾ, ਕੋਈ ਵੀ ਮੁਲਕ ਆ ਉਹਦਾ ਕੋਈ ਜਦੋਂ ਦਿਨ ਤਿਉਹਾਰ ਹੁੰਦਾ, ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ ਹੋਵੇ, ਚਾਹੇ ਉਸ ਦਿਨ ਉਹਨੇ ਕੁਝ ਪ੍ਰਾਪਤ ਕੀਤਾ ਹੋਵੇ ਜਾਂ ਉਸ ਦਿਨ ਉਹਨੇ ਕੁਝ ਗਵਾਇਆ ਹੋਵੇ, ਉਹ ਇਤਿਹਾਸ ਦੇ ਵਿੱਚ ਸਾਂਭ ਕੇ ਰੱਖਦਾ। ਔਰ ਉਸ ਦਿਨ ਸਰਕਾਰਾਂ ਛੁੱਟੀ ਐਲਾਨ ਕਰਦੀਆਂ ਨੇ, ਉਦਣ ਸਕੂਲ ਕਾਲਜਿਸ ਵੀ ਬੰਦ ਹੁੰਦੇ ਨੇ, ਸਰਕਾਰੀ ਅਦਾਰੇ ਵੀ ਬੰਦ ਹੁੰਦੇ ਨੇ, ਬੈਂਕਾਂ ਵੀ ਬੰਦ ਹੁੰਦੀਆਂ ਨੇ, ਪਰ ਕੋਈ ਦੁਨੀਆ ਦੇ ਵਿੱਚ ਇਹੋ ਜਿਹੀ ਆਵਾਜ਼ ਨਹੀਂ ਉੱਠਦੀ ਵੀ ਉਸ ਦਿਨ ਸਰਕਾਰੀ ਛੁੱਟੀ ਕਰਕੇ ਅਤੇ ਸਰਕਾਰ ਦਾ ਨੁਕਸਾਨ ਹੋ ਗਿਆ। ਸੋ ਇਹ ਜਿਹੜੀ ਗੱਲ ਕਰਨੀ ਹੈ ਬਿਲਕੁਲ ਗਲਤ ਆ। ਇਸੇ ਤਰੀਕੇ ਦੇ ਨਾਲ ਹੀ ਇਸ ਦਿਨ ਵੀ ਜਿੰਨੇ ਕਾਰੋਬਾਰੀ ਅਦਾਰੇ ਨੇ, ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ, ਉਹ ਅੰਮ੍ਰਿਤਸਰ ਸ਼ਹਿਰ ਦੇ ਬੰਦ ਰਹਿਣਗੇ, ਬੈਂਕਾਂ ਵੀ ਬੰਦ ਰਹਿਣਗੀਆਂ। ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਇਸ ਬੰਦ ਦੇ ਵਿੱਚ ਸਾਡਾ ਸਹਿਯੋਗ ਦੇ। ਬੇਨਤੀ ਜਿਹੜੀ ਮੈਂ ਕਰਨੀ ਚਾਹੁੰਦਾ ਉਹ ਇਹ ਆ ਕਿ ਭਾਰਤੀ ਪਾਰਲੀਮੈਂਟ ਦੀਆਂ ਇਲੈਕਸ਼ਨਸ ਦਾ ਜ਼ੋਰ ਪੂਰਾ ਚਰਨ ਪੂਰਾ ਮਤਲਬ ਪੀਕ ਦੇ ਉੱਤੇ ਆ। ਕੱਲ੍ਹ ਨੂੰ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੋਣ ਜਾਣੀ,
4 ਤਰੀਕ ਨੂੰ ਇਹਦੇ ਨਤੀਜੇ ਨੇ ਔਰ 5 ਤਰੀਕ ਨੂੰ ਅਤੇ 6 ਤਰੀਕ ਨੂੰ 2 ਦਿਨ ਖਾਸ ਤੌਰ 'ਤੇ ਸਿੱਖ ਕੌਮ ਲਈ ਪੂਰੇ ਸੈਂਸਿਟਿਵ ਨੇ, ਹਾਲਾਂਕਿ ਪੂਰਾ ਹਫ਼ਤਾ ਹੀ ਸੈਂਸਿਟਿਵ ਹੈ, ਬਟ ਇਹ 2 ਦਿਨ 5 ਤਰੀਕ ਅਤੇ 6 ਤਰੀਕ ਜਿੱਦਣ ਜੰਗ ਹੋਈ ਪ੍ਰੋਪਰ, ਉਹ 2 ਦਿਨ ਸਾਡੇ ਵਾਸਤੇ ਬਹੁਤ ਸੈਂਸਿਟਿਵ ਨੇ। ਔਰ ਭਾਰਤੀ ਪਾਰਲੀਮੈਂਟ ਚੋਣਾਂ ਦਾ ਨਤੀਜਾ 4 ਤਰੀਕ ਨੂੰ ਆਉਣ ਜਾ ਰਿਹਾ ਔਰ ਸ਼ਾਮ ਤੱਕ ਇਹ ਗੱਲ ਕਲੀਅਰ ਹੋਏਗੀ ਕਿ ਕੌਣ ਜਿੱਤਿਆ ਅਤੇ ਕੌਣ ਆ ਰਿਹਾ। ਔਰ ਜਿਹੜੇ ਪੰਜਾਬ ਦੇ ਨੁਮਾਇੰਦੇ ਜਿੱਤਣ, ਜਿਹੜੇ ਵੀ ਜਿੱਤਣ, ਮੈਂ ਕੋਈ ਕਿਸੇ ਦਾ ਨਾਂ ਲੈ ਕੇ ਕਿਸੇ ਲਈ ਖਾਸ ਲਈ ਗੱਲ ਨਹੀਂ ਕਰ ਰਿਹਾ, ਕੋਈ ਵੀ ਪੰਜਾਬ ਦਾ ਨੁਮਾਇੰਦਾ ਜਿਹੜਾ ਭਾਰਤੀ ਪਾਰਲੀਮੈਂਟ ਦੀ ਚੋਣਾਂ ਜਿੱਤੇ, ਉਹਦੇ ਮਨ ਦੇ ਵਿੱਚ ਇਹ ਭਾਵਨਾ ਆਉਂਦੀ ਹੈ ਕਿ ਉਹ ਧੰਨਵਾਦ ਕਰਨ ਦੇ ਲਈ, ਖੁਸ਼ੀ ਇਜ਼ਹਾਰ ਕਰਨ ਦੇ ਲਈ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ। ਸੋ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਹੱਥ ਬੰਨ ਕੇ ਕਿ ਇਹ ਹਫ਼ਤਾ ਸਾਡੇ ਲਈ ਬੜਾ ਸੈਂਸਿਟਿਵ ਹੈ, ਤੁਸੀਂ ਆਪਣੀ ਖੁਸ਼ੀ 2 ਦਿਨ ਬਾਅਦ ਮਨਾ ਲੈਣੀ। ਕੋਈ ਵੀ ਨੁਮਾਇੰਦਾ ਜਿਹੜਾ ਭਾਰਤੀ ਪਾਰਲੀਮੈਂਟ ਜਿੱਤੇ, ਉਹ 5 ਅਤੇ 6 ਤਰੀਕ ਨੂੰ ਜਾਂ 4 ਤਰੀਕ ਦੀ ਸ਼ਾਮ ਨੂੰ ਖੁਸ਼ੀ ਮਨਾਉਣ ਦਰਬਾਰ ਸਾਹਿਬ ਨਾ ਆਵੇ। ਵੈਸੇ ਆਉਣਾ ਹੈ ਤਾਂ ਕਿਸੇ ਨੂੰ ਮਨਾਈ ਨਹੀਂ, ਨਤਮਸਤਕ ਹੋਣ ਕਿਸੇ ਨੇ ਆਉਣਾ ਹੈ, ਨੋਰਮਲ ਰੂਟੀਨ ਦੇ ਵਿੱਚ ਕੋਈ ਆਉਂਦਾ ਜਾਂਦਾ ਹੈ, ਕਿਸੇ ਨੂੰ ਮਨਾਈ ਨਹੀਂ, ਪਰ ਖਾਸ ਖੁਸ਼ੀ ਮਨਾਉਣ ਦੇ ਲਈ ਦਰਬਾਰ ਸਾਹਿਬ ਆਉਣਾ, ਇਹ ਸਾਡੇ ਜ਼ਖਮਾਂ 'ਤੇ ਲੂਣ ਛਿੜਕਣ ਵਾਲਾ ਕੰਮ ਕਰੇਗਾ ਉਦਣ, ਕਿ ਜਿਹੜੀ ਭਾਰਤੀ ਫੌਜ ਨੇ ਹਮਲਾ ਕੀਤਾ, ਜਿਸ ਭਾਰਤੀ ਸਿਸਟਮ ਨੇ ਹਮਲਾ ਕੀਤਾ, ਉਸੇ ਦੇ ਹੀ ਨੁਮਾਇੰਦੇ ਬਣ ਕੇ ਉਹਨਾਂ ਦੀਆਂ ਹੀ ਸਿਸਟਮ ਦੇ ਅਧੀਨ ਜਿੱਤੀਆਂ ਵੋਟਾਂ ਤੋਂ ਬਾਅਦ ਤੁਸੀਂ ਦਰਬਾਰ ਸਾਹਿਬ ਸਮੂਹ ਦੇ ਉੱਤੇ ਵਿੱਚ ਖੁਸ਼ੀ ਮਨਾਉਣ ਆਓ, ਖਾਸ ਤੌਰ 'ਤੇ ਉਸੇ ਦਿਨ ਜਿੱਦਣ ਦਰਬਾਰ ਸਾਹਿਬ ਦੇ ਉੱਤੇ ਹਮਲਾ ਆਇਆ ਹੋਵੇ, ਇਹ ਸਾਨੂੰ ਕਦੀ ਵੀ ਮਨਜ਼ੂਰ ਨਹੀਂਗਾ। ਸੋ ਅਸੀਂ ਉਹਨਾਂ ਨੂੰ ਦੋਵੇਂ ਹੱਥ ਬੰਨ ਕੇ ਅਪੀਲ ਕਰਦੇ ਹਾਂ ਕਿ ਅਸੀਂ ਕਿਸੇ ਨੂੰ ਦਰਬਾਰ ਸਾਹਿਬ ਆਉਣੋਂ ਨਹੀਂ ਢੱਕ ਰਹੇ, ਜੀ ਸਦਕੇ ਆਉਣ, ਪਰ ਜੇ ਖੁਸ਼ੀ ਮਨਾਉਣ ਆਉਣਾ ਹੈ ਫਿਰ 2 ਦਿਨ ਰੋਕ ਕੇ ਆਉਣ, ਅਦਰਵਾਈਜ਼ ਜਿਹੜਾ ਆਪਣੇ ਨੋਰਮਲ ਰੂਟੀਨ ਦੇ ਵਿੱਚ ਆਉਂਦਾ ਆ ਉਹ ਜੀ ਸਦਕੇ ਆ ਸਕਦਾ। ਸੋ ਅੱਜ ਅਸੀਂ ਇਸ ਗੱਲ ਦਾ ਫਿਰ ਐਲਾਨ ਕਰਦੇ ਹਾਂ ਆਪਣੀ ਸਾਰੀ ਪ੍ਰੈਸ ਕਾਨਫਰੰਸ ਨੂੰ ਕਲਮੀਨੇਟ ਕਰਦੇ ਹੋਏ ਕਿ 5 ਜੂਨ ਸ਼ਾਮ ਵਜੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਏਗਾ ਔਰ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਬੰਦ ਰਹੇਗਾ ਔਰ ਇਸ ਬੰਦ ਦੇ ਵਿੱਚ ਮੈਂ ਫਿਰ ਰਿਪੀਟ ਕਰ ਰਿਹਾ, ਆਵਾਜਾਈ ਨਹੀਂ ਬੰਦ ਰਹੇਗੀ, ਆਵਾਜਾਈ ਚੱਲਦੀ ਰਹੇਗੀ। ਮੈਡੀਕਲ ਸਹੂਲਤਾਂ ਵਾਲੇ ਜਿੰਨੇ ਅਦਾਰੇ ਨੇ, ਹੋਸਪਿਟਲ ਨੇ, ਚਾਹੇ ਦਵਾਈਆਂ ਦੀਆਂ ਦੁਕਾਨਾਂ ਨੇ, ਉਹ ਖੁੱਲ੍ਹੀਆਂ ਰਹਿਣਗੀਆਂ। ਉਸ ਤੋਂ ਇਲਾਵਾ ਜਿੰਨੇ ਵੀ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਨੇ, ਕਾਰੋਬਾਰੀ ਅਦਾਰੇ, ਚਾਹੇ ਉਹ ਬੈਂਕਾਂ ਆਉਣ, ਚਾਹੇ ਪੈਟਰੋਲ ਪੰਪ ਹੋਣ, ਚਾਹੇ ਨੋਰਮਲ ਦੁਕਾਨਾਂ ਆਉਣ, ਸਕੂਲ ਆਉਣ, ਕਾਲਜਿਸ ਹੋਣ, ਇਹ ਸਾਰੇ ਅਦਾਰੇ ਜਿਹੜੇ ਆ ਉਹ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦੇ ਬੰਦ ਰਹਿਣਗੇ ਔਰ ਅਸੀਂ ਆਪਣੇ ਸ਼ਹਿਰ ਵਾਸੀਆਂ ਤੋਂ ਇਸ ਗੱਲ ਦੀ ਆਸ ਰੱਖਦੇ ਹਾਂ ਔਰ ਸਾਨੂੰ ਉਮੀਦ ਵੀ ਆ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਾਡਾ ਸਹਿਯੋਗ ਦਿੰਦੇ ਆ ਰਹੇ ਨੇ। ਔਰ ਫਿਰ ਦੁਬਾਰਾ ਮੈਂ ਖਾਸ ਤੌਰ ਦੇ ਉੱਤੇ ਧੰਨਵਾਦ ਕਰਨਾ ਚਾਹੁੰਦਾ ਆਪਣੀ ਹਿੰਦੂ ਕਮਿਊਨਿਟੀ ਦਾ, ਕਿਉਂਕਿ ਸ਼ਹਿਰ ਦੇ ਵਿੱਚ ਬਹੁਤਾਤ ਕਾਰੋਬਾਰ ਉਹਨਾਂ ਕੋਲ ਨੇ। ਸੋ ਜਿਸ ਤਰੀਕੇ ਦੇ ਨਾਲ ਉਹ ਸਹਿਯੋਗ ਦਿੰਦੇ ਆਏ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਔਰ ਅੱਗੇ ਤੋਂ ਵੀ ਆਸ ਰੱਖਦੇ ਹਾਂ ਕਿ ਉਹ ਸਾਡੀ ਇਸ ਸਪੀਡ ਦੇ ਵਿੱਚ ਸ਼ਾਮਿਲ ਰਹਿਣਗੇ, ਆਪਣੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਬੰਦ ਰੱਖਣਗੇ।